ਸਿੱਧੇ ਫਿਰ ਅਸੀਂ ਤੇ ਡਾਇਰੈਕਟ ਪੁੱਛ ਲੈਣਾ ਜਾ ਕੇ ਇਹ ਸਾਰ ਉਹਦੇ ਦੱਸ ਹੀ ਦੇਣਗੇ ਸਰ ਮੈਂ ਤੁਹਾਨੂੰ ਦੱਸ ਦੇਗਾ ਲੇਕਿਨ ਦਸਾਂ ਸਾਲਾਂ ਹਜ਼ਾਰਾਂ ਬਾਅਦ ਕੋ ਤੁਸਾਂ ਹਜ਼ਾਰ ਸਾਲ ਦਾ ਟਾਈਮ ਦੇ ਰਹੇ ਨੇ ਜੀ ਤਿੰਨ ਬੰਦੇ ਅਗਰ ਕਸ਼ਤੀ 'ਚ ਹੋਣ ਤੇ ਵਜ਼ਨ ਹੋ ਜੇ ਜ਼ਿਆਦਾ ਤਾਂ ਤੁਸੀਂ ਕਿਨੂੰ ਧੱਕਾ ਦੇਵੋਗੇ ਤੇ ਮੈਂ ਕਹਿੰਦੀ ਜ਼ਫਰੀਨ ਔਰ ਉਹਤੇ ਧੱਕਾ ਦੇਗਾ ਜਿੱਥੇ ਪਾਣੀ ਗਹਿਰਾ ਹੋਵੇ ਔਰ ਠੰਡਾ ਹੋਵੇ ਤਾਂ ਕਿ ਇਹਨੂੰ ਅਕਲ ਵੀ ਆਵੇ ਤੇ ਕਿੱਥੇ ਤੱਕ ਗਹਿਰਾਈ ਹੁੰਦੀ ਹੈ ਇਨਸਾਨੀਅਤ ਦੀ ਉਹ ਵੀ ਸਮਝ ਆਵੇ ਵਾਕਈ ਨਾ ਮਹਿਸੂਸ ਹੋਇਆ ਕਿ ਯਾਰ ਸਾਨੂੰ ਹੀ ਹੋਸ਼ ਕਰਨੇ ਚਾਹੀਦੇ ਅਸੀਂ ਵੀ ਇੱਥੇ ਹੀ ਆਣਾ ਉਹ ਬੜੀ ਅੱਛੀ ਗੱਲ ਹੈ 100 ਬਰਸ ਦੀ ਜ਼ਿੰਦਗੀ ਮੇਂ ਇੱਕ ਪਲ ਅੱਜ ਜੋ ਕੁਝ ਬੋਏਗਾ ਕਾਟੇਗਾ ਕੱਲ ਤੂੰ ਅਗਰ ਕਰਲੇ ਕੋਈ ਅਛਾ ਅਮਲ ਅੱਛੇ ਅਮਲ ਕਰਨੇ ਚਾਹੀਦੇ ਨੇ ਤੇ ਇਹ ਨਹੀਂ ਕਿ ਜਿਸ ਤਰ੍ਹਾਂ ਟੈਲੀਵਿਜ਼ਨ ਤੇ ਦੇਖੀਦਾ ਕਿ ਜੀ ਬਾਬਰ ਸਾਹਿਬ ਨੂੰ ਸ਼ਰਟ ਲੈਤੀ ਤੇ ਮੈਂ 85000 ਬੰਦੇ ਨੂੰ ਦੱਸ ਛੜ ਕਿ ਯਾਰ ਬਾਬਰ ਬੇਗ ਨੂੰ ਮੈਂ ਸ਼ਰਟ ਲੈ ਕੇ ਦਿੱਤੀ ਸੀ ਦੇਖੇ ਕਲਰ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਨਾਜ਼ਰੀਨ ਤੁਹਾਡੀ ਖਿਦਮਤ ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ਏ ਬੀ ਐਚ ਟੀਵੀ ਦੀ ਤਰਫੋਂ ਔਰ ਨਾਜ਼ਰੀਨ ਮੈਂ ਅੱਜ ਮੌਜੂਦ ਹਾਂ ਜੀ ਬਾਰੀ ਸਟੂਡੀਓ ਲਾਹੌਰ ਔਰ ਸਾਡੇ ਨਾਲ ਮੌਜੂਦ ਨੇ ਜਾਣੀ ਤੇ ਪਹਿਚਾਣੀ ਸ਼ਖਸੀਅਤ ਅੱਲਾ ਰੱਬੁਲ ਇੱਜ਼ਤ ਨੇ ਇਹਨਾਂ ਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਨਵਾਜ਼ਿਆ ਹੈ ਔਰ ਇਹ ਹੀ ਕਿਹਾ ਜਾਂਦਾ ਕਿ ਦੁਨੀਆ 'ਚ ਇੱਕ ਹੀ ਕੌਡੂ ਹੋਇਆ ਹੈ ਤੇ ਉਹ ਨੇ ਜਵੇਦ ਕੌਡੂ ਸਾਹਿਬ ਉਹ ਸਾਡੇ ਨਾਲ ਮੌਜੂਦ ਨੇ ਇਹਨਾਂ ਦੀਆਂ ਮੁਹੱਬਤਾਂ ਨੇ ਕਿ ਜਿਸ ਟਾਈਮ ਚਾਹੀਦਾ ਹੈ ਜਦੋਂ ਕਹੀਏ ਤੇ ਸਤ ਬਿਸਮਿਲ੍ਲਾ ਜੀ ਕਰਕੇ ਜਨਾਬ ਤੇ ਕਹਿੰਦੇ ਨੇ ਕਿ ਆਜੋ ਤੇ ਅੱਜ ਕੌਡੂ ਸਾਹਿਬ ਨਾਲ ਮਿਲਣਾ ਮਕਸੂਦ ਇਸ ਤੋਂ ਸੀ ਕਿ ਇੱਕ ਤੇ ਇਹਨਾਂ ਦੀ ਖੈਰ ਵਾਫੀਅਤ ਖੈਰ ਖਬਰ ਔਰ ਦੂਸਰਾ ਚਲੋ ਦੋਸਤਾਂ ਨੂੰ ਪਤਾ ਚੱਲਦਾ ਰਹੇਗਾ ਕਿ ਕੌਡੂ ਸਾਹਿਬ ਦੀ ਕੀਮ ਸੂਫੀਅਤ ਹੈ ਕੀ ਕਰ ਰਹੇ ਨੇ ਤੇ ਗੱਲ ਕਰਨੇ ਚਾਹੀਦੀ ਹੈ ਕੌਡੂ ਸਾਹਿਬ ਨਾਲ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਬਾਬਰ ਸਾਹਿਬ ਤੁਸੀਂ ਮਾਸ਼ਾਅੱਲਾ ਐਡੀ ਮੁਹੱਬਤ ਕਰਦੇ ਹੋ ਕਿ ਯਕੀਨ ਕਰੋ ਕਿ ਮੈਨੂੰ ਇਹ ਅੱਛਾ ਵੀ ਲੱਗ ਰਿਹਾ ਤੇ ਹੁਣ ਥੋੜਾ ਜਿਹਾ ਨਾ ਮੱਚੀ ਜਗ ਵੀ ਰਹਿਣਗੇ ਯਾਰ ਤੁਹਾਡੀ ਮੁਹੱਬਤ ਜ਼ਿਆਦਾ ਹੈ ਤੇ ਮੇਰੇ ਵੱਲੋਂ ਪਿਆਰ ਘੱਟ ਹੈ ਨਹੀਂ ਉਹ ਕੌਡੂ ਸਾਹਿਬ ਕੋਈ ਗੱਲ ਨਹੀਂ ਵੇਖੋ ਗੱਲ ਇਹ ਵੇ ऐसा न ਤੁਹਾਡੇ ਤੇ ਕੋਈ ਗਿਲਾ ਜਾਂ ਕੋਈ ਗੱਲ ਤਾਂ ਹੁੰਦੀ ਕਿ ਤੁਸੀਂ ਫੁੱਲ ਐਕਟਿਵ ਹੁੰਦੇ ਤੇ ਤੁਹਾਡੀ ਚੁੱਕੇ ਤਬੀਅਤ ਠੀਕ ਨਹੀਂ ਰਹਿੰਦੀ ਤੋ ਇਸ ਵਾਸਤੇ ਸਾਨੂੰ ਤੁਹਾਡਾ ਕੋਈ ਗਿਲਾ ਨਹੀਂ ਸਾਨੂੰ ਆਪਣੇ ਆਪ ਨੇ ਗਿਲਾ ਕਿ ਅਸੀਂ ਲੇਟ ਕਿਉਂ ਹੁੰਨੇ ਆ ਨਹੀਂ 마ਸ਼ਾਅੱਲਾ ਤੁਸੀਂ ਆਪਣੀ ਮੁਹੱਬਤ ਪੂਰੀ ਨਿਭਾ ਰਹੇ ਹੋ ਕੋਈ ਇਹਦੇ ਵਿੱਚ ਕੋਈ ਕਮੀ ਨਹੀਂ ਮਤਲਬ ਇਹ ਨਹੀਂ ਕਿ ਸਿਰਫ ਮੈਂ ਜਿੱਥੇ ਤੁਸੀਂ ਕੋਈ ਡਿਜ਼ਰਵਿੰਗ ਕੇਸ ਦੇਖਦੇ ਹੋ ਤੁਸੀਂ ਜ਼ਰੂਰ ਪਹੁੰਚ ਮਤਲਬ ਕੋਸ਼ਿਸ਼ ਕਰਦੇ ਹੋ ਕਿ 1% ਵੀ ਲੇਟ ਨਾ ਹੋਵੇ ਤੇ ਲੈ ਜਾ ਇਹੀ ਹੈ ਉਹ ਨਮਾਜ਼ ਰੋਜ਼ਾ ਜ਼ਕਾਤ ਹਜ ਫਰਜ਼ ਇਹ ਤੇ ਅਰਕੀਨ ਨੇ ਨਾ ਇਹਦੇ ਤੋਂ ਬਾਅਦ ਨੇ ਕੀ ਜਿਹੜੀ ਸ਼ੁਰੂ ਹੁੰਦੀ ਉਹ ਤੁਸੀਂ ਕਰ ਰਹੇ ਹੋ ਮਤਲਬ ਹੋਰ ਵੀ ਅੱਲਾਹ ਪਾਕ ਨੇ ਐਸੇ ਬੰਦੇ ਬਣਾਏ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਂਦਾ ਉਹ ਨਾਂ ਮਤਲਬ ਸੁਣਨਾ ਵੀ ਪਸੰਦ ਨਹੀਂ ਕਰਦੇ ਇੱਕ ਦਿਨ ਮੈਂ ਇੱਕ ਦਾ ਨਾਂ ਲਿਆ ਮੈਂ ਕਹਿੰਦੀ ਫਲਾਣ ਨੇ ਫਲਾਂ ਕੀਤਾ ਤੋ ਜਿੰਨਾ ਨੇ ਕੀਤਾ ਸੀ ਮੈਨੂੰ ਕਹਿੰਦੇ ਯਾਰ ਇਹ ਮੇਰਾ ਤੇ ਅੱਲਾ ਦਾ ਮਾਮਲਾ ਤੂੰ ਵਿੱਚ ਮਸ਼ਹੂਰ ਕਹਿਣਾ ਨਾ ਕੋਣ ਹੈ ਜੀ ਜੀ ਤੇ ਉਹ ਮਸ਼ਹੂਰੀ ਨੂੰ ਅੱਥਾ ਨਹੀਂ ਸਮਝਦੇ ਜੀ ਜੀ ਅੱਲਾ ਦੇ ਬੜੇ ਬੜੇ ਲੋਕ ਨੇ ਜੀ ਐਸੇ ਹਾਂਜੀ ਹਾਂਜੀ ਅ ਕੌਟੂ ਸਾਹਿਬ ਮੈਂ ਪਿਛੇ ਇੱਕ ਮਤਲਬ ਫਾਊਂਡੇਸ਼ਨ ਹੈ ਉਹਦੇ ਦਫ਼ਤਰ ਚ ਇੱਕ ਬੰਦਾ 2 ਕਰੋੜ ਰੁਪਇਆ ਐਡੋਨੇਸ਼ਨ ਦੇਣ ਵਾਸਤੇ ਆਇਆ ਔਰ ਉਹਨੇ ਕਿਹਾ ਜੀ ਉਹ ਤੁਹਾਨੂੰ ਇਹਦੀ ਰਸੀਦ ਵਗੈਰਾ ਤੋਂ ਨਹੀਂ ਕਰ ਨਾ ਨਹੀਂ ਇਹ ਰਸੀਦ ਵਗੈਰਾ ਨਹੀਂ ਚਾਹੀਏ ਕਿਉਂਕਿ ਮੈਂ ਖੁਦ ਆ ਕੇ ਦੇ ਰਹਾ ਹਾਂ ਤਾਂ ਮਤਲਬ ਇਸ ਦੀ ਜ਼ਰੂਰਤ ਨਹੀਂ ਹੈ ਤੇ ਨਾ ਮੈਂ ਇਹ ਦੱਸਣਾ ਚਾਹਨਾ ਕਿ ਮੈਂ ਕਿਉਂ ਦੇ ਰਿਹਾ ਹਾਂ ਜਾਂ ਕਿੱਥੋਂ ਮਤਲਬ ਆ ਕੇ ਦੇ ਰਿਹਾ ਹਾਂ ਤੇ ਮਤਲਬ ਬਲ ਪਤਾ ਹੈ ਕਿ ਤੁਸੀਂ ਕੰਮ ਅੱਛਾ ਕਰ ਰਹੇ ਹੋ ਤੇ ਅੱਲਾ ਦੇ بڑے بڑے ਬੰਦੇ ਨੇ بڑے بڑے ਅੱਛੇ ਲੋਕ ਨੇ ਹਾਂ ਜੀ ਮੈਂ ਤੇ ਜੀ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਮਤਲਬ ਲੱਭ ਲੱਭ ਕੇ ਇਸ ਤਰ੍ਹਾਂ ਦੂਸਰਿਆਂ ਨੂੰ ਕਾਂਗਾ ਕਿ ਯਾਰ ਤੁਹਾਡੇ ਲਾਗੇ ਜਾ ਕੇ ਜਿਹੜੇ ਹੈਗੇ ਨੇ ਉਹਨਾਂ ਦੇਖਿਆ ਕਰੋ ਇਹ ਜ਼ਰੂਰੀ ਨਹੀਂ ਕਿ ਅਗਲਾ ਤੁਹਾਨੂੰ ਗਰੇਬਾਨ ਤੋਂ ਭੜੇ ਜਾਏ ਝੰਡੋੜੇ ਤੇ ਫੇਰ ਹੀ ਤੁਸੀਂ ਕੰਮ ਕਰਨਾ ਕੌਡੂ ਸ ਮੈਂ ਇਹ ਕਹਿਣਾ ਚਾਹਨਾ ਵਾਂ ਇੱਕ ਤੇ ਅਸੀਂ ਚਾਹਨੇ ਆ ਕਿ ਅੱਜ ਤੁਸੀਂ ਕਾਰੇ ਖੈਰ ਦਾ ਇੱਕ ਤੁਹਾਡਾ ਮੈਸੇਜ ਜਿਹੜਾ ਹੈ ਉਹ ਕਾਰੇ ਖੈਰ ਚ ਸ਼ਾਮਲ ਹੋ ਜਾਏਗਾ ਅਸੀਂ ਦੋਸਤਾਂ ਨੂੰ ਇਹ ਕਹਿਣਾ ਚਾਹਨੇ ਆ ਕਿ ਦੋਸਤ ਆਂਦੇ ਜਾਂਦੇ ਰਹਿੰਦੇ ਨੇ ਲੇਕਿਨ ਚੁਕਿ ਸਾਡਾ ਤਲਕ ਸ਼ੋਬੀਜ਼ ਨਾਲ ਵੀ ਹੈ ਔਰ ਸਾਡਾ ਚੈਨਲ ਵੀ ਹੈ ਉਹ ਇਸ ਤੋਂ ਸਾਡੇ ਕੋਲ ਬਹੁਤ ਬਹੁਤ ਜ਼ਿਆਦਾ ਜਿਹੜੇ ਕੇਸ ਨੇ ਬੜੀ ਬੜੀ ਦੂਰੋਂ ਆ ਜਾਂਦੇ ਨੇ ਔਰ ਅਸੀਂ ਹਮੇਸ਼ਾ ਉਹਨਾਂ ਲੋਕਾਂ ਨੂੰ ਹੀ ਤਰਜੀਹ ਦਿੰਦੇ ਆ ਕਿ ਜਿਹੜੇ 100% ਨਹੀਂ 200% ਮੁਸਤਹਿਕ ਨੇ ਹੱਕਦਾਰ ਨੇ ਨਦਾਰ ਨੇ ਗਰੀਬ ਨੇ ਬੇਵਾ ਨੇ ਮਸਕੀਨ ਨੇ ਔਰ ਜਦੋਂ ਤੁਸੀਂ ਸਾਡੀ ਇੱਕ ਡਿਊਟੀ ਲਾਈ ਕੌੜੂ ਸਾਹਿਬ ਦੇ ਇੱਕ ਮਤਲਬ ਐਸਾ ਹੀ ਇਕੱਲਾ ਦੇ ਜੀ ਸਨ ਫੌਤ ਹੋ ਚੁੱਕੇ ਨੇ ਉਹਨਾਂ ਦੀ ਬੇਟੀ ਸੀ ਯਤਿਮ ਬੇਟੀ ਸੀ ਮਤਲਬ ਉਹਦੀ ਸ਼ਾਦੀ ਸੀ ਉਹਦੇ ਵਾਸਤੇ ਸਾਡੀ ਇਨਾ ਕੋ ਡਿਊਟੀ ਲਾਈ ਇੱਕ ਤੇ ਅਸੀਂ ਲੇਟ ਪਹੁੰਚੇ ਤੇ ਉਹਨਾਂ ਵੀ ਅਸੀਂ ਨਾ ਪਹੁੰਚੇ ਕਿ ਜਿੰਨੀ ਤਵਕੋ ਜਾਂ ਜ਼ਿੰਮੇਵਾਰੀ ਸਾਨੂੰ ਅਸੀਂ ਬਜ਼ਾਦ ਦੇ ਖੁਦ ਸੋਚ ਰਹੇ ਆ ਕਿ ਸਾਨੂੰ ਡਿਊਟੀ ਜਿੰਨੀ ਕਰਨੀ ਚਾਹੀਦੀ ਸੀ ਅਸੀਂ ਉਹ ਨਾ ਕਰ ਸਕੇ ਉਹਦੀ ਯਕੀਨਨ ਜਿਹੜੀ ਵਜ੍ਹਾ ਉਹ ਫੰਡ ਦਾ ਸਾਡੇ ਕੋਲ ਨਾ ਹੋਣਾ ਔਰ ਮਤਲਬ ਕਿਉਂਕਿ ਪਿਛਲੇ 3 ਮਹੀਨੇ ਚ ਦਰਜਣਾ ਸ਼ਾਦੀਆਂ ਜਿਹੜੀਆਂ ਨੇ ਅਸੀਂ ਨਪਟਾਈਆਂ ਨੇ ਔਰ ਅਗਲੇ 2 ਮਹੀਨੇ ਜੇ ਸਾਡੇ ਕੋਲ ਦਰਜਣਾ ਸ਼ਾਦੀਆਂ ਜਿਹੜੀਆਂ ਨੇ ਉਹ ਇਹ ਮਾਰਚ ਔਰ April ਇਹਦੇ ਵਿੱਚ ਰੋਜ਼ਿਆਂ ਤੱਕ ਸਾਡੇ ਕੋਲ ਦਰਜਣਾ ਸ਼ਾਦੀਆਂ ਹਲੇ ਬਕਾਇਆ ਨੇ ਕਿ ਜਿਨ੍ਹਾਂ ਨੂੰ ਅਸੀਂ ਨਪਟਾਣਾ ਹੈ ਅੱਲਾ ਦੀ ਰਹਿਮਤ ਨਾਲ ਔਰ ਦੋਸਤਾਂ ਦੇ ਤਾਵਨ ਨਾਲ ਇਨਸ਼ਾਅੱਲਾ ਜੀ ਤੁਸੀਂ ਇਹ ਅੱਛਾ ਕੰਮ ਕਰ ਰਹੇ ਹੋ ਔਰ ਅੱਲਾ ਬਾਗ ਤੁਹਾਡੀ ਆਬਾਂ ਭੜੇਗਾ ਤੁਸੀਂ ਦੇਖਣਾ ਕਿਉਂਕਿ ਮਤਲਬ ਆਪਣੇ ਵਾਸਤੇ ਕਹਿਣਾ ਮੁਸ਼ਕਿਲ ਹੁੰਦਾ ਜਦੋਂ ਦੂਜੇ ਵਾਸਤੇ ਕਹਿੰਦੇ ਨਾ ਥੋੜਾ ਜਿਹਾ ਸ਼ਰਮਿੰਦਾ ਵੀ ਹੋਰੋ ਉੱਥੇ ਕੋਈ ਗੱਲ ਨਹੀਂ ਕਿਉਂਕਿ ਤੁਸੀਂ ਕੰਮ ਖੈਰ ਆਲਾ ਕਰ ਰਹੇ ਹੋ ਜੀ ਜੀ ਅਲਹਮਦੁਲਿਲਾ ਉਹੀ ਕਿ ਤੁਸੀਂ ਲੱਗ ਸੁਣੇ ਬਾਹ ਫੜ ਕੇ ਬਾਹ ਦੰਗਾ ਦੇ ਇੱਕ ਅਲੜ ਮੁਟਿਆਰ ਨੂੰ ਹਾਂ ਜੀ ਇਹ ਉਹੀ ਗੱਲ ਹੈ ਅਲੜ ਮੁਟਿਆਰਾਂ ਸੀ ਉਹ ਜ਼ਰੂਰੀ ਨਹੀਂ ਕਿ ਉਹ ਕੁੜੀ ਨੇ ਗਾਇਆ ਤੇ ਕੁੜੀ ਹੋਏ ਨਹੀਂ ਅਲਰ ਮੋਟਿਆਰ ਯਾਨੀ ਜਿਹੜਾ ਇਨਸਾਨ ਹੈ ਉਹ ਮਦਰ ਮਿੰਦ ਮੈਨੂੰ ਬੜੀ ਅੱਛੀ ਗੱਲ ਲੱਗੀ ਕਿ ਜਿਹੜਾ ਵੀ ਇਨਸਾਨ ਦੀ ਸ਼ਕਲ ਲੈਣਾ ਇਨਸਾਨ ਹੈ ਉਹਦੀ ਇਨਸਾਨੀਅਤੋਂ ਪਿੱਛੇ ਨਾ ਹਟੋ ਜੀ ਜੀ ਤੇ ਤੁਸੀਂ ਇਨਸਾਨੇ ਦੇ ਬਿਹਤਰੀਨ ਕੰਮ ਆ ਰਹੇ ਹੋ ਬਿਹਤਰੀਨ ਕੰਮ ਕਰ ਰਹੇ ਹੋ ਤੇ ਅੱਲਾਹ ਪਾਕ ਤੁਹਾਨੂੰ ਇਹਦਾ दुनिया च आखिर च उस तो ज्यादा जी मैं तीन करने वाला है किसी दा वेट करने बिलकुल नहीं ला। जी बिल्कुल नहीं तुसी बड़ी आला गल कर रहे हो और है और मैं देख के चूंकि मैं आप पैरालाइज हाँ लेकिन मैं अल्लाह ने बड़िया बहारा विखाई ने मैं अलहमदुल्ला नाना दादा वहां ठीक है तो मैं जो छोटी उम्र से मेरी ਮੰਬਰ ਆ ਪੁਰਥੀਲਾ ਸਾਹਿਬ ਹਾਂਜੀ ਮੈਂ ਆਪਣੀ ਕ੍ਰਿਕਟ ਟੀਮ ਦਾ ਕਪਤਾਨ ਚਾ ਮੈਂ ਬਚਨ ਜਦੋਂ ਦੇਖਿਆ ਨਾ ਤੇ ਸਚੂ ਮੇਰਾ ਇੱਕ ਵਾਰੀ ਦਿਲ ਜਣਾ ਨਾ ਬਹੁਤ ਜ਼ਿਆਦਾ ਵਧਾਰੂ ਹੈ ਔਰ ਤੁਹਾਡਾ ਗਡਾ ਉਸ ਲੱਗ ਕੇ ਤੁਸੀਂ ਇਹੋ ਜੇ ਕੇਸਿਸ ਬੜੇ ਮਤਲਬ ਹੱਲ ਕਰਦੇ ਹੋ ਅੱਲਾ ਬਾਗ ਨਾਨੂ ਹੋਰ ਹਿੰਮਤ عطا ਕਰੇ ਔਰ ਅੱਲਾ ਬਾਗ ਤੁਹਾਡੀ ਵਿਸਾਸਤ ਨਾਲ ਜਿਹੜੇ ਜਿਹੜੇ ਦੋਸਤ ਸਹਬਾਬ ਦੇਖ ਰਹੇ ਨੇ ਉਹਨਾਂ ਨੂੰ ਹੀ ਸੋਚਣ ਤੇ ਸਮਝਣ ਦੇ ਤੋਫੀਕ عطا فرمਾਈ। ਔਰ ਕਨੋ ਕਨ ਖਬਰ ਨਾ ਹੋਵੇ। ਸਮਝਦੇ ਤੁਸੀਂ ਗਏ ਜੋ। ਤੇ ਤੁਹਾਨੂੰ ਮੈਂ ਜੀ ਕੋਟੂ ਸਾਬ ਮੈਂ ਅੱਜ ਜਿਹੜੀ ਵੀਡੀਓ ਕੀਤੀ ਹੈ ਜੀ ਉਹਦੇ ਚ ਤਿੰਨ ਵਾਰੀ ਮੈਂ ਉਸ ਵੀਡੀਓ ਚ ਬੈਠਾ ਔਰ ਤਿੰਨ ਵਾਰੀ ਮੈਂ ਉੱਥੋਂ ਛੁੱਟਿਆ। ਹਮ। ਔਰ ਉਹਦੇ ਦਰਮਿਆਨ ਚ ਇੱਕ ਟਾਈਮ ਐਸਾ ਵੀ ਆਇਆ ਕਿ ਮੈਂ ਗੱਲ ਕਰਨੀ ਚਾਹੀਏ ਲੇਕਿਨ ਮੈਂ ਗੱਲ ਨਹੀਂ ਕਰ ਸਕਿਆ। ਮੈਂ ਅਬੀਦਾ ਹੋ ਗਏ ਆ। ਤੇ ਸਿਰਫ ਇਹ ਸੋਚ ਆਈਏ ਕਿ ਤੰਦਰੁਸਤੀ ਕਿੰਡੀ ਵੱਡੀ ਨਿਮਤ ਹੈ ਓਏ ਐ ਜਿਹੜੀ ਤੁਸੀਂ ਰੋਜ਼ ਦੁਆ ਪੜ ਕੇ ਸੌਂਦੇ ਹੋ ਦੁਆਵਾਂ ਪੜ ਕੇ ਸੌਂਦੇ ਹੋ ਮਾਫ ਮਾਫੀ ਮੰਗ ਕੇ ਸੌਂਦੇ ਹੋ ਮਾਫ ਕਰਕੇ ਸੌਂਦੇ ਹੋ ਇਹ ਬੜੀ ਵੱਡੀ ਮਤਲਬ ਸਰਕਾਰੇ ਰਹਿਮਤ ਅੱਲੀ ਆਲਮ ਇਨਸ਼ਾਅੱਲਾ ਸਲਮ ਤੋਂ ਵੱਡੀ ਤੇ ਗੱਲ ਕਿਸੇ ਦੀ ਹੋਣੀ ਨਹੀਂ ਜਦੋਂ ਉਹਨਾਂ ਨੇ ਫਰਮਾਇਆ ਤਾਂ ਤੇ ਫਿਰ ਬਾਕੀ ਕੀ Hazrat Ali Karmullah wajho ka college iska mafhoom hai तुम लोगों को इस तरह माफ़ करो जैसे अल्लाह से अपने लिए माफ़ी के तलब हो यानी तो मैं चाहवा कि मेरे तो जरा भी दाग बागी ना रहे दूजे तो चो मैं दाग लबा ये नहीं तरह ही उस तरह ही हाँ जी कौटू साहब कल मैं जो वाकया देखे तो मैं शेयर करना चाहगा कल कॉमेडी के बादशाह की ਮਰਦੇ ਚੈਂਪੀਅਨ ਦੀ ਕਲ ਵਰਸੀ ਸੀ ਅਮਨ ਅੱਲਾ ਦਾ ਨਸੀਬ ਕਰੇ ਅੱਲਾ ਤਾਲਾ ਜਨਨ ਨਸੀਬ ਕਰੇ ਕਲ ਕੜੂ ਸਭ ਮੈਂ ਦੇਖ ਕੇ ਹੈਰਾਨ ਹੋ ਗਏ ਕਿ ਦੁਨੀਆ ਇੱਕ ਤਮਾਸ਼ਾ ਏ ਇੱਕ ਮੇਲਾ ਏ ਚਲੋ ਚਲੀਦਾ ਬੰਦਾ ਟੁੱਟ ਜਾਂਦਾ ਤੇ ਲੋਕ ਮਤਲਬ ਇਨੀ ਜਲਦੀ ਬੰਦੇ ਨੂੰ ਭੁਲਾ ਦਿੰਦੇ ਨੇ ਕਲ ਕੜੂ ਸਭ ਉਥੇ ਮੇਰੇ ਤੇ ਮੰਦਰ ਮੀਨ ਸਾਹਿਬ ਦੇ ਸਮੇਤ ਸ਼ੋਬੀਜ਼ ਦੇ ਟੋਟਲ 7 ਲੋਕ ਮੌਜੂਦ ਸਨ ਤੁਸੀਂ ਤੇ ਕੱਲ ਦੀ ਗੱਲ ਕਰ ਰਹੇ ਹੋ ਨਾ ਮੈਂ तकरीबन ਕੋਈ 18 20 ਦਿਨ ਪਹਿਲੇ ਉਹਨਾਂ ਦੇ بیٹے ਨਾਲ ਉਹਨਾਂ ਦੀ ਕਬਰ ਤੇ ਗਿਆ ਹਮਾਨ ਸਾਹਿਬ ਵੀ ਤੇ ਵਾਕਈ ਨਾ ਮਹਿਸੂਸ ਹੋਇਆ ਕਿ ਯਾਰ ਸਾਨੂੰ ਵੀ ਹੋਸ਼ ਕਰਨੀ ਚਾਹੀਦੀ ਹੈ ਅਸੀਂ ਵੀ ਇੱਥੇ ਹੀ ਆਣਾ ਹੈ ਉਹ ਬੜੀ ਅੱਛੀ ਗੱਲ ਹੈ 100 ਬਰਸ ਦੀ ਜ਼ਿੰਦਗੀ ਮੈਂ ਇੱਕ ਪਲ ਅੱਜ ਜੋ ਕੁਝ ਬੋਏਗਾ ਕਾਟੇਗਾ ਕੱਲ ਤੂੰ ਅਗਰ ਕਰ ਲੈ ਕੋਈ ਅਛਾ ਅਮਲ ਅਛੇ ਅਮਲ ਕਰਨੇ ਚਾਹੀਦੇ ਨੇ ਤੇ ਇਹ ਨਹੀਂ ਕਿ ਜਿਤਨਾ ਐ ਟੈਲੀਵਿਜ਼ਨ ਤੇ ਦੇਖੀਦਾ ਕਜੀ ਬਾਬਰ ਸਾਹਿਬ ਨੂੰ ਸ਼ਰਟ ਲੈਤੀ ਤੇ ਮੈਂ ਕੋਈ 85000 ਬੰਦੇ ਨੂੰ ਦੱਸੜਾ ਕਿ ਯਾਰ ਬਾਬਰ ਬੇਗ ਨੂੰ ਮੈਂ ਸ਼ਰਟ ਲੈ ਕੇ ਦਿੱਤੀ ਸੀ ਦੇਖਿਆ ਕਲਰ ਅਮਮਾ ਮੈਂ ਤੂੰ ਕਲਰ ਤੂੰ ਸ਼ਰਟ ਦੱਸ ਲੈ ਉਹਦੇ ਅੱਲਾ ਨੇ ਤੈਨੂੰ ਇਸ ਕਾਬਲ ਕੀਤਾ ਤੇ ਸ਼ੁਕਰ ਅਦਾ ਕਰ ਐਡੇ ਦੇ ਪੈਸੇ ਵਾਲੇ ਮੈਂ ਦੇਖੇ ਨੇ ਕਿ ਰੁਪਿਆ ਖਰਚਣ ਅੱਲਾ ਨੇ ਉਹਨਾਂ ਨੂੰ ਤੋਫੀਕ ਨਹੀਂ ਦਿੱਤੀ ਤੋਫੀਕ ਹੀ ਨਹੀਂ ਦਿੱਤੀ ਉਹਨਾਂ ਦਾ ਚਾਹਦਾ ਹੀ ਨਹੀਂ ਅੱਲਾ ਉਹਨਾਂ ਕੋਲੋਂ ਚਾਹਦਾ ਹੀ ਨਹੀਂ ਸਹੀ ਗੱਲ ਹੈ ਇਹ ਬੜੇ ਖੁਸ਼ ਨਸੀਬ ਨੇ ਉਹ ਬੱਚੇ ਜਿਹਨਾਂ ਨੂੰ ਮਾਂ ਬਾਪ ਕਹਿੰਦੇ ਨੇ ਕੋਈ ਕੰਮ ਤੇ ਉਹ ਆਪਣੀ ਖੁਸ਼ ਨਸੀਬ ਹੀ ਸਮਝ ਕੇ ਕਰਦੇ ਨੇ ਤੇ ਬੜੇ ਖੁਸ਼ ਨਸੀਬ ਨੇ ਉਹ ਲੋਕ ਜਿਹੜੇ ਮخلوਕ ਦੇ ਕੰਮ ਮੰਨਦੇ ਨੇ ਜਵਾਨੀ ਹੋਸ਼ ਤੇ ਪੈਸਾ ਤਾਕਤ ਇਹ ਢਾਲ ਜਾਣੀ ਹੈ ਜਿਹੜਾ ਖੈਰ ਵਾਲੇ ਪਾਸ ਲੱਗ ਗਿਆ ਉਹ ਕਾਮਯਾਬ ਤੇ ਜਿਹੜਾ ਇਹਦੇ ਹਟ ਗਿਆ ਉਹ ਨਕਾਮ ਅੰਮੇ ਤੁਹਾਡੇ ਸਾਹਮਣੇ ਆਲ ਹਮਦੁਲਿਲਾ ਅੱਲਾ ਨੇ ਪਾਵੇਂ ਛੋਟਾ ਹੀ ਬਣਾ ਲੇਕਿਨ ਅੱਲਾ ਨੇ ਮਾਚਸ ਤਰ੍ਹਾਂ ਹਿੱਟ ਕੀਤਾ ਸਬ ਅੱਲਾਹੁ ਅਕਬਰ ਅਲ ਹਮਦੁਲਿਲਾ ਸਹੀ ਅੱਲਾ ਰਾਈ ਜਹ ਨਾਲ ਅੱਲਾ ਦੰਨਾਂ ਨਸੀਬ ਕਰੇ ਜਦੋਂ ਮੁਲਾਕਾਤ ਹੁੰਦੀ ਹੁੰਦੀ ਸੀ ਨਾ ਇੱਥੇ ਸਟੂਡੀਓ ਜਾਂ ਕਿਧਰੇ ਹੋਰ ਮੰਨੂ ਕਹਿੰਦੇ ਨੇ ਵੇਖ ਅੱਲਾ ਨੂੰ ਆਪਣਾ ਮਨਾਣਾ ਕਿਸ ਤਰ੍ਹਾਂ ਹੁੰਦਾ ਕਹਿੰਦੇ ਨੇ ਰੰਗੀਲਾ ਸਾਹਿਬ ਸੋਹਣਾ ਵੀ ਨਹੀਂ ਜਵਾਨ ਵੀ ਨਹੀਂ ਤੇ ਪਹਿਚਾਨ ਪੂਰੀ ਦੁਨੀਆ ਤੇ ਕਹਿੰਦੇ ਨੇ ਮੈਂ ਵੀ ਸੋਹਣਾ ਨਹੀਂ ਤੇ ਹੀ ਰਹਾ ਨੰਨਾ ਸਾਹਿਬ ਸਮਾਰਟ ਵੀ ਨਹੀਂ ਹੀਰੋ ਨੇ ਹੀਰੋ ਨੇ ਤੇ ਅਮਾਨੁੱਲਾ ਸਾਹਿਬ ਅੱਲਾ ਤੈਨੂੰ ਨਸੀਬ ਕਰੇ ਉਹ ਮਤਲਬ ਕਿਸੇ ਬਾਤ ਨੂੰ ਸੋਹਣਾ ਨਹੀਂ ਤੇ ਐਡੇ ਹਿੱਟ ਦਿਲ ਦੇ ਏਡੇ ਸੋਹਣੇ ਤੇ ਫਿਰ ਕਹਿੰਦੇ ਪਨਵਾਉਣ ਸਾਡੇ ਚ ਤੂੰ ਰਲ ਗਏ ਤੇ ਦੱਸ ਅੱਲਾ ਨੂੰ ਆਪਣਾ ਮਨਵਾਣਾ ਹੁੰਦਾ ਹੈ ਕਿ ਨਹੀਂ ਸਾਡੇ ਬੰਦਿਆਂ ਨੂੰ ਕੋਈ ਹੈ ਕੋਈ ਉਹਦੇ ਬੰਦਾ ਜਿਹੜਾ ਹੀਰੋ ਆ ਸਕੇ ਮੈਂ ਤਾਂ ਕੌਡੂ ਸਭ ਖਾਲ ਇੱਕ ਗੱਲ ਤੇ ਖੁਸ਼ ਵੀ ਹੋਇਆ ਤੇ ਪਰੇਸ਼ਾਨ ਵੀ ਹੋਇਆ ਹੂੰ ਖੁਸ਼ ਮੈਂ ਇਸ ਗੱਲ ਤੋਂ ਆਇਆ ਕਿ ਅਮਾਨੁੱਲਾ ਖਾਲਸਾ ਸਾਹਿਬ ਨੇ ਬਹੁਤ ਅੱਛਾ ਕੀਤਾ ਹੈ ਕਿਉਂ ਨਾ ਕਹੂੰ ਅੱਲਾ ਤਾਲਾ ਨੇ ਬੜਾ ਰਜ਼ਕ ਦਿੱਤਾ ਸੀ ਬੜਾ ਪੈਸਾ ਦਿੱਤਾ ਸੀ ਉਹ ਆਪਣੀ ਜ਼ਿੰਦਗੀ ਚ ਲੋਕਾਂ ਚ ਤਕਸੀਮ ਕਰਦੇ ਰਹੇ ਹਾਂ ਜੀ ਮੈਂ ਤੁਹਾਡੇ ਨਾਲ ਪਹਿਲੇ ਵੀ ਸ਼ੇਅਰ ਕੀਤੀ ਜੀ ਇਹ ਗੱਲ ਪਿਛਲੇ ਪ੍ਰੋਗਰਾਮ ਚ ਕਿ ਅਮਾਨ ਉਲਾ ਚਾਹ ਹੋਰ ਪਰੇਸ਼ਾਨ ਮੈਂ ਇਸ ਗੱਲ ਤੋਂ ਆਇਆ ਤੁਹਾਡੀ ਗੱਲ ਕੱਢੀ ਜਾਂਦੀ ਪਰੇਸ਼ਾਨ ਮੈਂ ਇਸ ਗੱਲ ਤੋਂ ਆਇਆ ਕਿ ਅਗਰ ਅਮਾਨ ਉਲਾ ਖਾਨ ਵਰਗਾ ਬੰਦਾ ਇੱਕ ਸਾਲ ਬਾਅਦ ਲੋਕਾਂ ਨੂੰ ਪਤਾ ਹੀ ਨਹੀਂ ਤੇ ਕੌਡੂ ਸਾਹਿਬ ਸਾਡਾ ਤੁਹਾਡਾ ਕੀ ਬਣੇਗਾ ਸਰ ਸਿੱਧੀ ਜੀ ਗੱਲ ਏ ਕਿ ਸਾਨੂੰ ਨਸਕੇ ਇਹੋ ਦੇ ਨੇਕੀ ਦੇ ਕੰਮ ਕਰਨੇ ਪੈਣੇ ਨੇ तु देखो जनाजे जड़े ने यह सात सबक ने सीधी जी गल है कि वो सबक ये वे कि अल्लाह दिखा रहे कि भाई ये देखो तुम्ही में से था तुम्हारे साथ ही रहता था तुम्हारे साथ ही खाता पीता था तुम्हारे साथ ही पहनता था तुम्हारे साथ ही मतलब अपनी मर्जी करता था आज कितना बेबस है तुम्हारे कन्नों में जा रहा है तो कोशिश करो ਉਹ ਅੱਲਾਹ ਤੁਹਾਨੂੰ ਦਿਖਾਣਾ ਜਾ ਰਿਹਾ ਹੈ ਕਿ ਜੋ ਇਸੇ ਨੇ ਕੀ ਹੋ ਗਈ ਹੈ ਕੋਸ਼ਿਸ਼ ਕਰੋ ਤੁਸੀਂ ਉਸੇ ਜ਼ਿਆਦਾ ਕਰੋ ਔਰ ਜੋ ਨਾ ਉਸ ਬਿਲਾ ਉਸੇ ਕੋਈ ਗਲਤੀ ਔਰ ਗਲਤੀ ਹੋ ਗਈ ਉਸੇ ਬਚ ਜਾਓ ਇਸ ਸਾਡੇ ਵਾਸਤੇ ਇੱਕ ਬੜਾ ਵੱਡਾ ਸਬਕ ਹੈ ਬੜਾ ਵੱਡਾ ਸਬਕ ਤੇ ਐ ਮੈਂ ਛੋਟਾ ਹਾਂ ਤੁਹਾਡੇ ਸਾਹਮਣੇ ਅੱਲਾਹ ਨੇ ਮੈਨੂੰ ਅੱਖਾਂ ਸਹੀ ਦਿੱਤੀਆਂ ਦਿਲ ਦਿਮਾਗ ਹੱਥ ਪੈਰ ਸਾਰਾ ਅਲਹਮਦੁਲਿਲਾ ਐਕੂਰੇਟ ਅੱਲਾਹ ਨੇ ਨਾਨਾ ਦਾਦਾ ਬਣਾਇਆ ਲੇਕਿਨ ਅੱਲਾ ਨੇ ਇਹ ਵੀ ਦੱਸਿਆ ਕਿ ਦੇਖ ਵੀ ਜੇ ਮੈਂ ਐਡੇ ਨੂੰ ਇਨਾ ਕੁਝ ਬਣਾ ਸਕਣਾ ਤੇ ਕਈ ਐਡੇ ਐਡੇ ਮੁਹੰਮਦ ਅਲੀ ਸਾਹਿਬ ਜਿੱਡੇ ਨੇ ਉਹ ਵਾਲਦ ਵੀ ਨਹੀਂ ਬਣੇ ਤੇ ਸੁਪਰਸਟਾਰ ਦੇ ਤੇ ਆਪੀ ਜੇਬਾ ਦੁਨੀਆ ਦੀ ਬਿਹਤਰੀਨ ਖੂਬਸੂਰਤ ਹੀਰਵਨ ਤੇ ਉਹ ਅੰਮਾ ਨਹੀਂ ਬਣੇ ਤੇ ਅੱਲਾ ਦੂਜੇ ਪਾਸੇ ਪੋਜ਼ਿਟਿਵ ਦੇਖੋ ਨਾ ਕਿ ਇੱਕ ਮੈਨੂੰ ਵੇਖ ਕੇ ਕੋਈ ਲੋਕ ਸ਼ੁਕਰ ਅਦਾ ਕਰਦੇ ਨੇ ਕਿ ਸ਼ੁਕਰ ਹੈ ਯਾਰ ਅੱਲਾ ਨੇ ਤੈਨੂੰ ਐ ਬਣਾਇਆ ਤੇ ਕੋਈ ਤੌਬਾ ਕਰਦਾ ਕਿ ਸ਼ੁਕਰ ਹੈ ਯਾਰ ਭਾਈ ਮੈਨੂੰ ਐਂਦਾ ਨਹੀਂ ਬਣਾਇਆ ਮੈਨੂੰ ਐਂਦੇ ਦਾ ਨਹੀਂ ਬਣਾਇਆ ਆਏ ਹੋਏ ਪਹਿਲੇ ਇੱਕ ਆਦਮੇ ਨੂੰ ਬੁਰਾ ਲੱਗਦਾ ਸੀ ਹੁਣ ਦੇਖੋਂਦੀ ਐ ਗੱਲ ਅੱਲਾ ਨੇ ਜਿੰਦ ਭਾਈ ਹੈ ਨਾ ਉਹਦੋਂ ਨਾਲ ਮੈਨੂੰ ਅੱਛਾ ਲੱਗਣ ਲੱਗ ਪਏ ਕੋਡੂ ਸਾਹਿਬ ਅੱਜ ਮੈਂ ਨਾ ਬੱਚਿਆਂ ਨੂੰ ਦੇਖਿਆ ਤੇ ਫਿਰ ਤੁਸੀਂ

ਮਿਡਲ ਈਸਟ ਦਾ ਤੇ ਪਤਾ ਹੀ ਨਹੀਂ ਤੇ ਅਮਰੀਕਾ ਕੈਨੇਡਾ ਅਰ ਯੂਰਪ ਕਿੰਨੀ ਵਾਰੀ ਵਹਾਈ ਸ਼ੁਕਰ ਅੱਲਾ ਦਾ ਅਲ ਹਮਦੁਲਿਲਾ ਤੇ ਲਾਲਮ ਕੀ ਕੀ ਸ਼ੁਕਰ ਅਦਾ ਕਰਾਂ ਹਾਂ ਉਹ ਜਿਹੜੀ ਗੱਲ ਤੁਸੀਂ ਕਹਿਣਾ ਜਾ ਰਹੇ ਹੋ ਉਹ ਮੈਂ ਆਪ ਤੁਹਾਡੇ ਥਰੂ ਤੁਹਾਡੇ ਚੈਨਲ ਦੇ ਥਰੂ ਕਹਾਂਗਾ ਕਿ ਯਾਰ ਇਹ ਜਿਹੜੇ ਨੇਕੀ ਦੇ ਕੰਮ ਕਰ ਰਹੇ ਨੇ ਇਹ ਨੇਕੀ ਦੇ ਹਿੱਸੇਦਾਰ ਬਣੋ ਪਿੱਛੇ ਨਾ ਹਟੋ ਕਿਉਂਕਿ ਇਟ ਲਾਇ ਹੀ ਜਾਂਦਾ ਹੁੰਦਾ ਹੁੰਦਾ ਤੇ ਕਦੀ ਰੈਡੀ ਜ਼ਮੀਨ ਜਿਹੜੀ ਹੈ ਨਾ ਉਹ ਹਰੀ ਨਹੀਂ ਹੁੰਦੀ ਹੁੰਦੀ ਉਹਨੂੰ ਹਰੇ ਕਰਨਾ ਪੈਂਦਾ ਹੈ ਕਾ ਲਾਈਦਾ ਫੁੱਲ ਬੂਟੇ ਲਾਈਦੇ ਨੇ ਕੁਛ ਨਾ ਕੁਛ ਕਰਦੇ ਰਹੀਦਾ ਗੋਡੀ ਕਰਦੇ ਰਵਾਂਗੇ ਤੇ ਠੀਕ ਰਾਂਗੇ ਨਹੀਂ ਤੇ ਬੰਦਰ ਦੇ ਬੰਦੇ ਰਿਆਂ ਜਿਤਨਾ ਆਏ ਉਸ ਤਰ੍ਹਾਂ ਹੀ ਚਲੇ ਜਾਉਂਦੇ ਤੇ ਲੇਦਾ ਇਹਨਾਂ ਦੀ ਬੜੀ ਮਿਹਰਬਾਨੀ ਮੈਨੂੰ ਵੀ ਅੱਲਾ ਨੇ ਜਿੰਨੇ ਦੋਗਾਂ ਕੀਤਾ ਮੈਂ ਜਿੰਨੀ ਔਕਾਤ ਦਾ ਨਾ ਮੈਂ ਸਲਾਮ ਦਵਾ ਜ਼ਰੂਰ ਕਰਨਾ ਵਾ ਉਹ ਭਾਵੇਂ ਕਿਸੇ ਸੂਰਤ ਹੋਵੇ ਤੇ ਅਲ ਹਮਦੁਲਿਲਾ ਮੈਂ ਇਹਨਾਂ ਦੇ ਵਸਾਸਤ ਨਾਲ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕਿ ਯਾਰ ਪਹਿਲ ਚ ਪਹਿਲ ਹੋ ਜਾਓ ਪਹਿਲੇ ਹੋ ਜਾਓ ਪਹਿਲੇ ਵਿੱਚ ਪਹਿਲੇ ਹੋ ਜਾਓ ਪਹਿਲੇ ਰਹੋਗੇ ਤੇ ਪਹਿਲੇ ਨੰਬਰਾਂ 'ਚ ਹੀ ਰਹੋਗੇ ਬਾਕੀ ਤੁਹਾਡੀ ਫਿਰ ਬੜੀ ਮਿਹਰਬਾਨੀ ਕਿਉਂਕਿ ਤੁਹਾਡੀ ਤੁਹਾਡੀ ਮੁਹੱਬਤ ਨੂੰ ਮਤਲਬ मतलब अल्फाज मेरे को नहीं है जिन्हें मेरे मेरा प्यार कर दे तो, मतलब सिर्फ मेरे नाल ही नहीं बाकी हजरात ना भी बीतिया गलां याद कर दे, दे ए, ए, एक बड़ा व्डा अमल है बीतिया गलां याद करना और किसी के काम आना और किसी के जाके काम आना शुक्र अल्लाह कितों डरद हो हो की करते हो और अल्लाह पाक थानू ਬਰਕਤ ਵਾਲੀ ਜ਼ਿੰਦਗੀ ਤਾਂ ਕਰੇ ਆمین اور خیر وعافیت ਵਾਲਾ ਮਾਮਲਾ ਕਰੇ اور ਜਿਹੜੇ ਜਿਹੜੇ ਭਰਾ ਇਹਨਾਂ ਦੇ ਨਾਲ ਹੱਥ ਮਿਲਾ ਰਹੇ ਨੇ ਅੱਲਾ ਬਾਗ ਉਹ ਹੱਥਾਂ 'ਚ ਬਰਕਤ ਪਾਏ ਸਕੂਨ ਦੇ ਆمین ਆمین ਤੇ ਪੂਰੀ ਉਮਮਤ ਰਹਿਮਤ ਕਰੇ ਆمین ਨਾਜ਼ਰਿਨ ਸਾਡੇ ਨਾਲ ਸੁਣ ਜਵੇਦ ਕਾਡੂ ਸਾਹਿਬ ਜਵੇਦ ਕਾਡੂ ਸਾਹਿਬ ਦਾ ਤੁਸੀਂ ਪੈਗਾਮ ਸੁਣਿਆ ਤੇ ਸਾਡਾ ਵੀ ਪੈਗਾਮ ਇਹੀ ਹੈ ਔਰ ਸਾਡੀ ਦਰਦਮੰਦਾਨਾ ਅਪੀਲ ਹੈ ਦੋਸਤਾਂ ਦੇ ਨਾਲ ਕਿ आओ ਯਾਰ ਸਾਡੇ ਨਾਲ ਮਿਲੋ ਸਾਡੇ ਨਾਲ ਜੁੜੋ ਇਸ ਤਰ੍ਹਾਂ ਹੀ ਅਸੀਂ ਬਣੇ ਰਹੀਏ ਔਰ ਇਸ ਤਰ੍ਹਾਂ ਜੁੜੇ ਰਹੀਏ ਔਰ ਖidmat ਇਨਸਾਨੀਅਤ ਦਾ ਜਿਹੜਾ سلسلہ ਹੈ ਇਹ ਜਾਰੀ ਰਵੇ ਯਕੀਨਨ ਇਹਦਾ ਜੜ ਅੱਲਾਹ ਦੇ ਕੋਲ ਮਹਫੂਜ਼ ਹੈ ਔਰ ਉਹ ਅੱਲਾਹ ਹੀ ਦੇਗਾ ਅਸੀਂ ਤੇ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਹਾਂ ਅਸੀਂ ਤੇ ਨਾ ਕਿ ਸ਼ਾਇਦ ਕੁਛ ਲਮੇ ਲਈ ਕਿਸੇ ਦੀਆਂ ਕੋ ਖੁਸ਼ੀਆਂ ਔਰ ਕਿਸੇ ਨੂੰ ਜਾ ਕੇ ਕੋ ਸਹਾਰਾ ਜਾਂ ਕੋਈ ਉਮੀਦ ਦਲਾ ਦਿੰਨੇ ਆ ਬਾਕੀ ਸਭ ਦੀਆਂ ਆਸਾਂ ਮਿੱਧਾਂ ਪੂਰੀਆਂ ਕਰਨ ਵਾਲਾ ਉਹ ਖਾਲਕ ਇਨਸਾਨ ਨੂੰ ਇਹ ਆਪਣਾ ਨਾਇਬ ਬਣਾ ਕੇ ਭੇਜਿਆ ਤੇ ਸਾਡਾ ਜਿਹੜਾ ਹੱਕੇ ਬਸ ਇਤ ਇਨਸਾਨ ਸਾਨੂੰ ਉਹ ਅਦਾ ਕਰਨਾ ਚਾਹੀਦਾ ਹੈ ਅੱਜ ਦੀ ਵੀਡੀਓ ਕੈਸੀ ਸੀ ਅਲਵਤਕ ਕਾਡੂ ਸਾਹਿਬ ਕੋਲ ਅੱਜ ਮੈਂ ਇੱਕ ਗੱਲ ਪੁੱਛਣੀ ਚਾਹ ਰਿਆਂ ਲਾਸਟ ਤੁਹਾਡੇ ਇੰਜੋਏ ਵਾਸਤੇ ਕਾਡੂ ਸਾਹਿਬ ਹਾਂਜੀ ਤੇ ਤੁਸੀਂ ਮੈਂ ਤੁਹਾਡੀ ਇੱਕ ਵੀਡੀਓ ਵੇਖੀ ਹੈ ਅੱਛਾ ਤੁਸੀਂ ਵੀਡੀਓ ਦੇਖਦੇ ਹੋ ਸਾਡਾ ਬੁਲਾਉਦੇ ਉਹਦੇ ਚ ਉਹਦਾ ਟਾਈਟਲ ਇਹ ਵੇ ਕਿ ਕੌਡੂ ਸਾਹਿਬ ਦਾ ਪਹਿਲਾ ਇਸ਼ਕ ਕੌਣ ਸਾ ਥਾ ਉਹ ਨਾ ਮੈਂ ਉਹਨਾਂ ਨੂੰ ਦੱਸਿਆ ਨਾ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ ਤੁਸੀਂ ਇਹ ਜਿਹੜਾ ਘੇਰਾ ਪਾਣਾ ਜਾ ਰਹੇ ਹੋ ਨਾ ਬੇਬੇ ਯਕੀਨ ਉਹ ਯਕੀਨਨ ਮੈਂ ਉਹਨਾਂ ਨੂੰ ਨਿਕਾਹ ਦੀ ਆਫਰ ਕੀਤੀ ਸੀ ਠੀਕ ਹੈ ਮਤਲਬ ਹੁੰਦਾ ਨਾ ਕਿ ਐਂਡ ਵੀ ਆਥ ਵੀ ਭਾ ਲੈਣਾ ਐਂਡ ਵੀ ਨੇ ਠੀਕ ਹੈ ਤੇ ਮੈਂ ਉਹਨਾਂ ਨੂੰ ਨਿਕਾਹ ਦੀ ਆਫਰ ਕੀਤੀ ਫਿਰ ਉਹਨਾਂ ਨੇ ਮਾਇਨਰ ਜਾਂ ਮੀ ਦਿੱਤਾ ਲੇਕਿਨ ਅੱਲਾ ਨੇ ਹਰ ਮੈਂ ਫੇਰ ਹੋਈ ਗਾਂ ਉਹਨਾਂ ਨੂੰ ਬਚਾਇਆ ਗਿਆ ਰੇ ਮੈਨੂੰ ਬਚਾਇਆ ਤੇ ਉਹ ਗੱਲ ਮੁੱਕ ਗਈ ਤੇ ਨਾ ਯਾ ਕਦੀ ਜ਼ਿਕਰ ਮੈਂ ਨਹੀਂ ਕਰਾਂਗਾ ਅੱਛਾ ਜੀ ਕੌਡੂ ਸਾਹਿਬ ਸਾਨੂੰ ਮੁਹੱਬਤ ਦਾ ਤਾਂ ਨਹੀਂ ਦੱਸ ਰਹੇ ਲੇਕਿਨ ਅਸੀਂ ਕੌਡੂ ਸਾਹਿਬ ਦੇ ਜਿਹੜਾ ਮੈਂ ਥੰਬਨੇਲ ਦੇਖਿਆ ਸੀ ਇਹਦੇ ਉੱਤੇ ਨਾਲ ਮੈਂ ਜ਼ਫਰੀ ਖਾਨ ਦੀ ਵੀ ਫੋਟੋ ਵੇਖੀ ਸੀ ਤੇ ਜ਼ਫਰੀ ਖਾਨ ਨਾਲ ਕੀ ਮਸਲਾ ਤੁਹਾਡਾ ਉਹ ਰੈਂਬੋ ਸਾਹਿਬ ਨੂੰ ਕੀ ਸਟੇਟਮੈਂਟ ਤੁਸੀਂ ਦਿੱਤੀ ਹੈ ਸਰ ਉਹ ਮੈਂ ਉਹਨਾਂ ਨੇ ਮੈਨੂੰ ਪੁੱਛੇ ਸੀ ਜੀ ਤਿੰਨ ਬੰਦੇ ਅਗਰ ਕश्ती 'ਚ ਹੋਣ ਤੇ ਵਜ਼ਨ ਹੋ ਜੇ ਜ਼ਿਆਦਾ ਤਾਂ ਤੁਸੀਂ ਕਿਨੂੰ ਧੱਕਾ ਦੇਵੋਗੇ ਤੇ ਮੈਂ ਕਹੇ ਜਫਰੀਨ ਨੂੰ ਅਰ ਉੱਤੇ ਧੱਕਾ ਦੇਵਾਂਗਾ ਜਿੱਥੇ ਪਾਣੀ ਗਹਿਰਾ ਹੋਵੇ ਔਰ ਠੰਡਾ ਹੋਵੇ ਤਾਂ ਕਿ ਇਹਨੂੰ ਅਕਲ ਵੀ ਆਵੇ ਤੇ ਕਿੱਥੇ ਤੱਕ ਗਹਿਰਾਈ ਹੁੰਦੀ ਹੈ ਇਨਸਾਨੀਅਤ ਦੀ ਉਹ ਵੀ ਸਮਝ ਆਵੇ ਇਹ ਵਾਕਿਆ ਕੀ ਥੋੜਾ ਜਿਹਾ ਸ਼ੇਅਰ ਕਰੋਗੇ ਮੁਹੱਬਤ ਦੇ ਅਲਫ਼ਜ਼ਾਂ ਨਾਲ ਮੁਹੱਬਤ ਐਵੇ ਕਿ ਜ਼ਾਹਿਰੀ ਗੱਲ ਏ ਕਿ ਮੈਂ ਆਪਣੇ ਵੱਡੇ ਨੂੰ ਵੇਖ ਕੇ ਆਇਆ ਮੈਂ ਤੇ ਮੈਂ ਕਦੀ ਵੀ ਨਹੀਂ ਆਪਣੇ ਵੱਡੇ ਨੂੰ ਗਾਗਾ ਤੈਨੂੰ ਇੱਥੇ ਆਣ ਕਿਨੇ ਦਿੱਤਾ ਜੀ ਜੀ ਉਹਨੇ ਉਸ ਬੰਦੇ ਨੂੰ ਉਹ ਗੱਲ ਕੀਤੀ ਏ ਔਰ ਇੱਕ ਵਾਰ ਹੀ ਨਹੀਂ ਇੱਕ ਵਾਰੀ ਛੁਲਾ ਕੀਤੀ ਮੈਂ ਫੇਰ ਛੁਲਾ ਕੀਤੀ ਫੇਰ ਉਹਨੇ ਉਹੀ ਗੱਲ ਉਸੇ ਬੰਦੇ ਨਾਲ ਕੀਤੀ ਮੈਂ ਕਿ ਨਹੀਂ ਭਾਈ ਹੁਣ ਇਹ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਜ ਨਹੀਂ ਪੁੱਛਣਾ ਉਹਨੂੰ ਨਹੀਂ ਸਮਝ ਆ ਰਹੀ ਉਹ ਗਲਤ ਖੁਮਾਰੀ ਚ ਆਦਿਅਲ ਬੇਲਾ ਦਾ ਬਲਦ ਨਾ ਨਸੀਬ ਕਰੇ ਉਹਨਾਂ ਦੀ ਬੜੀ ਅਥੈਂਟਿਕ ਗੱਲ ਹੈ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਡੈਡੀ ਅੱਜ ਕੱਲ੍ਹ ਇਹ ਮਾਹੌਲ ਕੀ ਹੈ ਕਹਿੰਦੇ ਪੁੱਤੋ ਚੁੱਪ جہਾਲਤ ਮਗਰੂਰ ਹੋਈ ਹੈ ਤੂੰ ਮੈਨੂੰ ਐਨ ਜ਼ਫਰੀ ਦੇ ਫਿੱਟ ਬੈਠਦੀ ਉਹਨੂੰ ਅੱਲਾ ਬਾਗ ਮੈਨੂੰ ਔਰ ਸਭ ਨੂੰ ਹਿਦਾਇਤ ਦੇਵੇ ਔਰ ਸਾਨੂੰ ਮਾਫ ਕਰੇ ਔਰ ਉਹਨੂੰ ਮਾਫ ਕਰੇ ਲੇਕਿਨ ਉਨਹੋਸ਼ ਵੀ ਕਰਨੀ ਚਾਹੀਦੀ ਹੈ। ਨਾ ਤੁਸੀਂ ਮੇਰੇ मुंह ਬੜਾ ਘੱਟ ਲਫ਼ਜ਼ ਸੁਣਿਆ ਹੋਏਗਾ ਕਿਸੇ ਦੇ ਖਿਲਾਫ। ਜੀ ਜੀ ਬਿਲਕੁਲ ਇਸ ਤਰ੍ਹਾਂ ਹੀ। ਹੁਣ ਮੈਂ ਕਿੱਡਾ ਖੁੱਲ੍ਹ ਖੁਲਾ ਕੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਹਾਂ ਕਿ ਉਹੀ ਮਾਮਲਾ ਹੋਇਆ ਹੋਏਗਾ ਕਿ ਮੈਂ ਐਡਾ ਹੀ ਸਿੱਧਾ ਹੋ ਗਿਆ। ਕੋਈ ਤੇ ਗੱਲ ਹੋਏਗੀ। ਬੜਾ ਤੁਸੀਂ ਸਾਡੇ ਜਿਹੜੇ ਖਿਲਾਫ ਤੇ ਬਸ ਇਹ ਤੇ ਸੀਨੀਅਰ ਤੁਸੀਂ ਜ਼ਫਰੀ ਖਾਨ ਨੂੰ ਕੀ ਪੇਗਾਮ ਦੇਣਾ ਚਾਹੋਗੇ? ਇਹ ਐਸੀ 61 ਸੇ ਨਾਲ ਕਿ ਆ ਕੇ ਮੈਨੂੰ ਕਹਿੰਦੇ ਜੀ ਅਸਲਾਮੁਅਲੈਕਮ ਜਦੋਂ ਹੱਥ ਮਿਲਾਏ ਕਹਿੰਦੇ ਲਓ ਜੀ ਤੁਹਾਡੇ ਨਾਲ ਹੱਥ ਮਿਲਾ ਲਿਆ ਹੁਣ ਮੈਂ ਤਿੰਨ ਦਿਨ ਹੱਥ ਨਹੀਂ ਲਾਉਣਾ ਹੋਈ ਤੁਹਾਡੇ ਨਾਲ ਹੱਥ ਮਿਲਾ ਲਿਆ ਤੇ ਉਹ ਉਸ ਬੰਦੇ ਤੇ ਬਾਰੇ ਜਗੱਲ ਕਰ ਰਹੀ ਸੀ ਹੁਣ ਮੈਂ ਤਾਨੂੰ ਕੀ ਦੱਸਾਂ ਯਾਨੀ ਖੁਦ ਉਹ ਇੱਕ ਟਗਾ ਵੀ ਨਹੀਂ ਤੋਂ 5000 ਦੇ ਨੋਟ ਦੇ ਬਾਰੇ ਚ ਇਹ ਕਹਿ ਰਹੀ ਸੀ ਕਿ ਉਹ ਕੀ ਹੈ ਵਰ ਨਹੀਂ ਐਸ ਤਰ੍ਹਾਂ ਤੇ ਸਾਨੂੰ ਨਹੀਂ ਦੇਖੋ ਇਹ ਤੇ ਅੱਲਾ ਦਾ ਇੱਕ ਨਿਜ਼ਾਮ ਹੈ ਮਤਲਬ ਹਰ ਰੂਜ ਨੂੰ ਜ਼ਵਾ ਲੇ ਜਿਹੜਾ ਜਵਾਨ ਹੈ ਉਹਨੇ ਬੁੱਢਿਆ ਹੋਣਾ ਹੈ ਜਿਹੜਾ ਛੋਟਾ ਉਹਨੇ ਵਟਿਆ ਹੋਣਾ ਹੈ ਹਾਂਜੀ ਤੇ ਇਹ ਇੱਕ ਸਲੋਪ ਹੈ ਉਹ ਬੰਦਾ ਸਲੋਪ ਚੜਦਾ ਵੀ ਹੈ ਫਿਰ ਉਤਰਦਾ ਵੀ ਤੇ ਸੋ ਸਾਨੂੰ ਉਸ ਵਕਤ ਤੋਂ ਡਰਨਾ ਚਾਹੀਦਾ ਇਹ ਦੇ ਸਾਹਮਣੇ ਇੰਨੀ ਮਸਾਲਾ ਨੇ ਇਹਨੂੰ ਫੇਰ ਸਮਝ ਨਹੀਂ ਆ ਰਹੀ ਤੇ ਬਸ ਅੱਲਾ ਬਾਪ ਮਾਫ ਕਰ ਦੇ ਕਿਉਂਕਿ ਮੇਰਾ ਜ਼ਿਆਦਾ ਦਿਲ ਦੁਖ ਰਿਹਾ ਹੈ ਇਹਦਾ ਜ਼ਿਆਦਾ ਨਾ ਲੈ ਕੇ ਨਾ ਕਿਉਂਕਿ ਇੱਕ ਤੇ ਹੁੰਦਾ ਨਾ ਸੁਣੀ ਸੁਣਾਈ ਗੱਲ ਇੱਕ ਆ ਵੇਖੀ ਫਿਰ ਵੇਖੀ ਫਿਰ ਸੁਣੀ ਐਸਾ ਹੈ ਮੇਰੇ ਦਿਲੋਂ ਕੱਢੇ ਵੀ ਉਹਨੇ ਨਿਕਲ ਰਿਹਾ ਮੈਂ ਕਿੱਦਾਂ ਕਮਜ਼ਬੂਰ ਹਾਂ ਕਿ ਹਾਲਾ ਮੈਂ ਰੋ ਸੌਣ ਲੱਗਿਆ ਰਾਤ ਨੂੰ ਜਿਹਦੇ ਦਿਨ ਜਦੋਂ ਵੀ ਸੌਣਾ ਮੈਂ ਉਹ ਮਾਫੀ ਮੰਗੇ ਮਾਫ ਕਰਕੇ ਜਾਣਾ ਲੇਕਿਨ ਪਤਾ ਨਹੀਂ ਇਹ ਕਿ ਐਸੀ ਗੱਲ ਕਰ ਬੈਠਾ ਕਿ ਐਸਾ ਕਿ ਮੇਰੇ ਦਿਲੋਂ ਮਲਾਮਤ ਨਹੀਂ ਉਹਦੇ ਵਾਸਤੇ ਜਾਂਦੀ ਮੈਂ ਕੀ ਕਰਾਂ ਅਥਰ ਚਲੋ ਅੱਲਾਹ ਪਾਕ ਤੁਹਾਡੇ ਦਿਲ ਨੂੰ ਵੀ ਸਕੂਨ ਦੇ ਔਰ ਤੁਸੀਂ ਵੀ ਜਿਹੜੀ ਜ਼ਫਰੀ ਖਾਨ ਵਾਸਤੇ ਦਿਲ ਚ ਗੱਲ ਏ ਉਹਨੂੰ ਕੱਢਣ ਦੀ ਕੋਸ਼ਿਸ਼ ਕਰੋ ਮਾਫ ਕਰਨ ਵਾਲਾ ਵੱਡਾ ਹੁੰਦਾ ਔਰ ਹਾਂਜੀ ਮਾਫ ਕਰਕੇ ਤੈਨੂੰ ਮਾਫੀ ਬਲਕੇ ਉਹਨੂੰ ਮੈਂ ਆਪ ਇੱਕ ਵਾਰੀ ਗਿਆ ਸੀ ਕਿ ਯਾਰ ਸੌਰੀ ਮੈਂ ਤੇਰੇ ਖਿਲਾਫ ਬੜਾ ਬੋਲੇ ਮੈਨੂੰ ਮਾਫ ਕਰ ਦੇ ਹਾਲੇ ਮੈਂ ਉਹਦੇ ਤੋਂ ਸੀਨੀਅਰ ਮੋਸਟ ਵੜਾਵੀਆਂ ਔਰ ਅਲਹਮਦੁਲਿਲਾ ਬਕੌਲ ਕਈ ਹਜ਼ਰਤਾਂ ਕਿ ਅੱਲਾ ਨੇ ਮੈਨੂੰ ਮਾਚਿਸ ਤਰ੍ਹਾਂ ਹਿੱਟ ਕੀਤਾ ਉਹ ਤੇ ਹਾਲੇ ਅੱਲਾ ਜਰੇ ਮਨੇ ਈਡੀ ਉਸ ਤੇ ਨਹੀਂ ਆਇਆ ਤੇ ਉਹਦੀ ਪਤਾ ਨਹੀਂ ਕੀ ਤਬੀਅਤ ਖਰਾਬ ਹੈ ਮੈਨਾਂ ਤੇ ਥੋੜੇ ਦਿਨ ਦੇਖਿਆ ਉਹ ਇਨਸਾਨ ਨੂੰ ਕੁਝ ਨਹੀਂ ਸਮਝਦੇ ਉਹ ਇਨਸਾਨ ਨੂੰ ਕੁਝ ਨਹੀਂ ਸਮਝਦੇ ਆਡਟ ਨੂੰ ਕੀ ਸਮਝਦੇ ਹੋਣਗੇ ਚਲੋ ਠੀਕ ਹੈ ਚਲੋ ਲੇਕਿਨ ਮੈਂ ਤੇ ਉਸ ਤੋਂ ਮੈਂ ਸਿਰਫ ਯਕੀਨ ਕਰوںਗਾ ਤਾਂ থাম্বਨੇਲ ਹੀ ਦੇਖ ਸਕਿਆ ਤਾਂ ਮੈਂ ਕਿਹਾ ਯਾਰ ਅਗਰ ਵੀਡੀਓ ਦੇ ਵਿੱਚ ਕੌੜੂ ਸਾਹਿਬ ਨੇ ਦੱਸਿਆ ਵੀ ਹੋਇਆ ਕਿ ਉਹਨਾਂ ਦਾ ਪਹਿਲਾ ਇਸ਼ਕ ਕਿਹੜਾ ਸੀ ਤੇ ਫਿਰ ਅਸੀਂ ਦੇ ਡਾਇਰੈਕਟ ਪੁੱਛ ਲੈਣਾ ਜਾ ਕੇ ਸਰ ਉਹਦੇ ਦੱਸ ਹੀ ਦੇਣਗੇ ਸਰ ਮੈਂ ਤੁਹਾਨੂੰ ਦੱਸ ਦੇਵਾਂਗਾ ਲੇਕਿਨ ਦਸਾਂ ਸਾਲਾਂ ਹਜ਼ਾਰਾਂ ਬਾਅਦ ਕੋਟੂ ਸਾਹਿਬ ਹਜ਼ਾਰ ਸਾਲ ਦਾ ਟਾਈਮ ਦੇ ਰਹੇ ਨੇ ਜੀ ਲੇਕਿਨ ਅੱਲਾਹ ਤਾਲਾ ਨੇ ਇਨਸਾਨ ਨੂੰ ਖੂਬਸੂਰਤ ਦਿਲ ਦਿੱਤਾ ਹੈ ਔਰ ਇਸ਼ਕ ਹੋ ਜਾਣਾ ਅਗਰ ਬੰਦਾ ਜੁੰਦਾ ਜਾਗਦਾ ਹੈ ਤੇ ਇਸ਼ਕ ਹੋ ਜਾਣਾ ਕੋਈ ਬੜੀ ਗੱਲ ਨਹੀਂ ਤੇ ਇਹ ਹੋ ਜਾਂਦਾ ਬੰਦੇ ਨੂੰ ਤੇ ਬਾਕੀ ਜਨਾਬ ਇਨਸ਼ਾਅੱਲਾ ਕੜੂ ਸਾਹਿਬ ਨਾਲ ਫੇਰ ਵੀ ਇਨਸ਼ਾਅੱਲਾ ਮੁਲਾਕਾਤਾਂ ਕਰਦੇ ਰਵਾਂਗੇ ਤੇ ਕੜੂ ਸਾਹਿਬ ਵੀ ਤੋਂ ਮਿੱਠਾ ਜਿਹਾ ਪੈਗਾਮ ਦਿਓ ਵਾਈਂਡ ਅਪ ਕਰਿਏ ਪੈਗਾਮ ਤੇ ਸਰਕਾਰੀ ਰਹਿਮਤ ਅੱਲੀਲਾ ਆਲਮ ਇਨਸ਼ਾਅੱਲਾ ਸੱਲਮ ਤੂੰ ਬੱਡਾ ਤੇ ਨਾ ਕਿਸੇ ਦਾ ਹੈ ਤੇ ਨਾ ਹੋਏਗਾ ਕਿ ਅੱਲਾ ਦਾ ਹੁਕਮ ਅਨੂ ਸਰਕਾਰੀ ਰਹਿਮਤ ਅੱਲੀਲਾ ਆਲਮ ਇਨਸ਼ਾਅੱਲਾ ਸੱਲਮ ਦੇ ਮੂਬਾਰਕ ਤਰੀਕਿਆਂ ਤੇ ਚੱਲੋ ਔਰ ਇਨਸਾਨੀਅਤ ਦੇ ਕੰਮ ਜਿਉਂਦੇ ਰਹੋ ਸਲਾਮਤ ਰਹੋ ਜੀ ਨਾਜ਼ਰੀਨ ਅੱਜ ਦਾ ਪ੍ਰੋਗਰਾਮ ਕੈਸਾ ਸੀ ਇਸ ਦੇ ਬਾਰੇ ਤੁਸੀਂ ਲਾਈਕ ਕਰਨਾ ਸ਼ੇਅਰ ਕਰਨਾ ਔਰ ਆਪਣੇ ਕਮੈਂਟਸ ਕਰਨਾ ਤੇ ਜੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੂੰ ਜ਼ਰੂਰ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਜਿਹੜੀਆਂ ਤੁਹਾਨੂੰ ਮਿਲਦੀਆਂ ਰਹਿਣ ਇਹਦੇ ਨਾਲ ਹੀ ਤੁਹਾਡਾ ਹੋਸਟ ਬਾਬਰ ਬੇਗ ਤੁਹਾਡੇ ਕੋਲ ਇਜਾਜ਼ਤ ਚਾਹੇਗਾ ਚਲਦੇ ਆ ਚਲਦੇ ਆ ਪਿਆਰੇ ਦੇਸ ਨਾ ਪਿਆਰੇ ਜਨਾਰਾ ਪਾਕਿਸਤਾਨ ਜ਼ਿੰਦਾਬਾਦ